ਜੀ ਮੈਂ ਤੁਹਾਡੀ ਮੇਜ਼ਬਾਨ ਅਬੀਰਾ ਖਾਨ ਤੇ ਫਨ ਟਾਈਮ ਵਿਦ ਅਬੀਰਾ ਖਾਨ ਪ੍ਰੋਗਰਾਮ 'ਚ ਜੀ ਆਇਆਂ ਨੂੰ ਨਾਜ਼ਰੀਨ ਅੱਜ ਮੈਂ ਆਈ ਹਾਂ ਰੇਸ ਕੋਰਸ ਐਗਜ਼ੀਬਿਸ਼ਨ ਲੱਗੀ ਆ ਅਤੇ ਇੱਥੇ ਬਹੁਤ ਆਪਾਂ ਮੇਲਾ ਵੇਖਣਾ ਐਗਜ਼ੀਬਿਸ਼ਨ ਨਹੀਂ ਹੁੰਦੀ ਮੇਲੇ ਹੁੰਦੇ ਆ ਐਡੀ ਤੂੰ ਪੰਜਾਬਣ ਸਹੀ ਤਰ੍ਹਾਂ ਦੱਸ ਨਾ ਮੇਲਾ ਲੱਗਿਆ ਹੈ ਇਹਦੀ ਜ਼ਿੰਦਗੀ ਦਾ ਲੱਗਦਾ ਆਖਰੀ ਆ ਮੇਲਾ ਨਹੀਂ ਅਲਹਮਦੁਲਿਲਾ ਮੈਂ ਕੁਛ 70 ਕੁ ਮੇਲੇ ਹੋਰ ਵੇਖਣੇ ਆ ਮੈਂ ਮਤਲਬ 70 ਕੁ ਲੈ ਕੇ ਜਾਏਗੀ ਨਾਲ ਨਹੀਂ ਨਹੀਂ ਅਲਹਮਦੁਲਿਲਾ 70 ਕੁ ਨਾਲ ਹੱਲੇ ਹੀ ਲੈਣ ਨਹੀਂ ਗੱਲ ਕਰ ਹੱਲੇ ਹੀ 70 ਬੰਦਾ ਇਕੱਠਾ ਕਰ ਲਾ ਨਹੀਂ ਤੇਰੀ ਮਿਹਰਬਾਨੀ ਆਪਾਂ ਹੱਲੇ ਹੀ ਲੈ ਜਾਂਦੇ ਹਾਂ ਨਾਲ ਘਰ ਦੇ ਭਾਂਡੇ ਭੁੰਡੇ ਸਾਫ ਕਰਾ ਲੈਂਦੇ ਮੈਨੂੰ ਵੈਸੇ ਵੀ ਲੱਗਦਾ ਤੂੰ ਘਰ ਬੜਾ ਗੰਦ ਮਾਰਨੀ ਹੈ ਤੇਰੇ ਭਾਂਡੇ ਮੇਰੀ ਕੰਮ ਵਾਲੀ ਹੈਗੀ ਆ ਹੈ ਤੇਰਾ ਮੂੰਹ ਵੇਖ ਕੇ ਵੀ ਕੰਮ ਵਾਲੀ ਕਿਵੇਂ ਰਹਿ ਲੈਂਦੀ ਹੈ ਕਿਉਂਕਿ ਤੇਰੇ ਨਾਲੋਂ ਹੀ ਸੋਹਣੀ ਆ ਦੇਖ ਲੈ ਕਹਿੰਦੇ ਨਾ ਕਿ ਕੁੜੀਆਂ ਕੁੜੀ ਦੇ ਹੁਸਨ ਤੋਂ ਸੜਦੀਆਂ ਵਾ ਤੇ ਅੱਜ ਪਤਾ ਚੱਲਿਆ ਤੁਹਾਨੂੰ ਸੜਦੀਆਂ ਵਾ ਉਹ ਵੀ ਕੰਮ ਵਾਲੀ ਤੋਂ ਮੇਰ ਤੋਂ ਸੜਦੀ ਕਹਿੰਦੀ ਅਲਹਮਦੁਲਿਲਾ ਨਹੀਂ ਗਲਤੀ ਨਾਲ ਨਾਉਜ਼ੂ ਬਿੱਲਾ ਮੈਂ ਕਿਉਂ ਸੜਾ ਸ਼ੁਕਰ ਹੈ ਮੇਰੇ ਅੰਦਰ ਉਹ ਮਾਦਾ ਨਹੀਂ ਹੈ ਸੜੀ ਚੱਲ ਲੈ ਲਾ ਅੱਜ ਦੇਖਦੇ ਹਾਂ ਅਸੀਂ ਆਵਾਮ 'ਚ ਚੈੱਕ ਕਰਨਾ ਵਾ ਕਿ ਕਿਹਨੂੰ ਜ਼ਿਆਦਾ ਜਾਣਦੇ ਲੈਲਾ ਨੂੰ ਲੋਕ ਜਾਣਦੇ ਆ ਜਾਂ ਮੈਨੂੰ ਜ਼ਿਆਦਾ ਲੋਕ ਜਾਣਦੇ ਆ ਵੈਸੇ ਲੈਲਾ ਲੈਲਾ ਕਰਦੇ ਲੋਕ ਹੁੰਦੇ ਲੋਕ ਨਹੀਂ ਹੁੰਦੇ ਉਹ ਪਾਕਿਸਤਾਨੀ ਆਵਾਮ ਆ ਆਹੋ ਹੀ ਨਾ ਆਪਾਂ ਕੀ ਮਤਲਬ ਜੇ ਤੂੰ ਮਾਈਕ ਲੈ ਕੇ ਗਈ ਤਾਂ ਫਿਰ ਤਾਂ ਤੈਨੂੰ ਹੀ ਜਾਣ ਮਾਈਕ ਤੇਰੇ ਕੋਲ ਹੋਏਗਾ ਤੇ ਮੈਂ ਜੀ ਤੇਰੇ ਨਾਲ ਤੁਰਨਾ ਤੇ ਤੂੰ ਪੁੱਛਣਾ ਵਾ ਤੁਸੀਂ ਇਹਨੂੰ ਜਾਣਦੇ ਆ ਕੌਣ ਆ ਠੀਕ ਆ ਚੱਲ ਚੱਲ ਨਹੀਂ ਮਾਈਕ ਵੈਸੇ ਤੂੰ ਹੀ ਰੱਖ ਨਹੀਂ ਨਹੀਂ ਯਾਰ ਤੈਨੂੰ ਨਹੀਂ ਪਤਾ ਰੂਲ ਮਾਈਕ ਐਂਕਰ ਕੋਲ ਹੁੰਦਾ ਨਹੀਂ ਤੂੰ ਰਹਿਣ ਦੇ ਐਂਕਰ ਕੋਲ ਰਹਿਣ ਦੇ ਤੂੰ ਮਾਈਕ ਫੜ ਹੈ ਜਾਂਦੇ ਜਾਂਦੇ ਵੀ ਤੂੰ ਮੈਂ ਇੱਕ ਗੱਲ ਦੱਸਦਾ ਹਾਂ ਮੇਰੇ ਤੋਂ ਵਾਮ ਬਹੁਤ ਡਰਦੀ ਆ ਤੂੰ ਫੜ ਤੂੰ ਦੰਦੀਆਂ ਵੜਦੀ ਆ ਹੈ ਚੁੜੀਆਂ ਵੜਦੀ ਕੀ ਸਿਰ 'ਚ ਵੱਟਾ ਮਾਰ ਦਿੰਦੀ ਆ ਕੀ ਤੂੰ ਕੀ ਉਲਟ ਬਾਜ਼ੀਆਂ ਮਾਰਨੀਆਂ ਸ਼ੁਰੂ ਕਰ ਦਿੰਦੀ ਆ ਅੱਛੇ ਅਸਲਾਮ ਵਾਲੇਕੁਮ ਅਸਲਾਮ ਕੀ ਹਾਲ ਚਾਲ ਅੱਲਾ ਦਾ ਬੜਾ ਸ਼ੁਕਰ ਹੈ ਮੇਰੇ ਬੱਚੇ ਭਲਾ ਕੀ ਕਹਿ ਰਹੇ ਨੇ ਮੇਰੇ ਬੱਚੇ ਕਹਿੰਦੇ ਮੈਂ ਆਪੀ ਨਾਲ ਅਸੀਂ ਇੱਕ ਤਸਵੀਰ ਲੈਣੀ ਬਸ ਹੋਰ ਕੋਈ ਮਸਲਾ ਨਹੀਂ ਥਾ ਅੱਛਾ ਮੈਨੂੰ ਇਹ ਦੱਸੋ ਤੁਸੀਂ ਤੁ
ਇੱਜ਼ਤ ਕਰਦੀ ਕਰਦੀ ਹਾਂ ਹਰ ਕਿਸੇ ਦੀ ਇੱਜ਼ਤ ਕਰਦੀ ਅਸੀਂ ਇਹਨਾਂ ਚੈਨਲ ਬੜੇ ਸ਼ੌਕ ਨਾਲ ਦੇਖਦੇ ਹਾਂ ਕਦੀ ਲਿਬਰਟੀ ਕਿਸੇ ਨੂੰ ਫੜਿਆ ਹੁੰਦਾ ਕਦੀ ਉਹ ਸ਼ਾਪਿੰਗ ਮਾਲ 'ਚ ਕਿਸੇ ਨੂੰ ਫੜਿਆ ਹੁੰਦਾ ਇਹਨਾਂ ਨੂੰ ਕਿਸੇ ਨੇ ਫੜਿਆ ਆਉਣ ਵਾਲੀ ਹੈ ਇਹ ਕਿਸੇ ਦੇ ਕਾਬੂ ਨਹੀਂ ਆਉਂਦੀ ਵਾਕਈ ਬੰਦ ਚਲੋ ਹੁਣ ਇੱਕ ਇੱਕ ਤਸਵੀਰ ਲਵਾ ਮੇਰੇ ਬੱਚਿਆਂ ਦੇ ਨਾਲ ਹਾਂਜੀ ਇਹ ਤੁਹਾਡੇ ਫੈਨ ਹੋਣੇ ਸਲਾਮ ਵਾਲੇਕੁਮ ਅਸਲਾਮ ਕੀ ਹਾਲ ਠੀਕ ਠਾਕ ਅਨੰਜਾਨ ਹਾਂਜੀ ਇਹਨਾਂ ਦਾ ਕੀ ਨਾਮ ਕਾ ਨਹੀਂ ਪਤਾ ਇਨਕਾ ਪ੍ਰੋਗਰਾਮ ਦੇਖਤੇ ਹਾਂ ਚਲ ਜਾਣਦੇ ਤੇ ਹੈਗੇ ਹਨ ਹਾਂਜੀ ਜਾਣਦੇ ਆ ਇਹਨਾਂ ਨੂੰ ਜਾਣਦੇ ਇਹ ਉਹ ਕਹਿ ਨਹੀਂ ਇਨਕੋ ਨਹੀਂ ਮੈਂ ਜਾਣਦੀ ਆ ਕੋਈ ਤਾਂ ਚਲੋ ਜਿਸ ਕੋ ਕੁਐਸਚਨ ਕਾ ਆਨਸਰ ਨਹੀਂ ਆਤਾ ਉਹਨੂੰ ਕਹਤੇ ਚਲੋ ਕਿ ਉਹ ਹੁਣ ਮੈਂ ਹਾਰ ਗਈ ਲੈ ਆਹੀ ਤੇ ਮੇਰੀ ਪਹਿਚਾਨ ਹਾਂ ਤਨ ਤੁਹਾਡਾ ਨਾਮ ਤਾਂ ਨਹੀਂ ਜਾਣਦੇ ਤਨ ਭੁੱਲ ਜਾਂਦੇ ਕਦੀ ਕਦੀ ਫਿਰ ਸ਼ਕਲੋਂ ਜਾਣਦੇ ਆ ਚਲੋ ਕੋਈ ਨਹੀਂ ਥੈਂਕ ਕੈਮਰਾਮੈਨ ਠੁੱਡਾ ਖਾ ਕੇ ਨਾ ਡਿੱਗ ਜਾਈ ਦੇਖ ਲੈ ਤੇਰੇ ਕੋਲ ਇੱਥੇ ਹੀ ਖਲੋਈ ਆ ਹੁਣ ਸੱਪ ਵੇਖਣ ਚੱਲੀ ਆ ਆਪਾਂ ਯਾਰ ਨਹੀਂ ਮੈਂ ਨਹੀਂ ਮੈਨੂੰ ਡਰ ਲੱਗਦਾ ਵਾ ਫਿਰ ਹੁਣ ਕਿੱਧਰ ਜਾਣਾ ਵਾ ਉਧਰ ਰੋਸ਼ਨੀ ਵੱਲ ਚੱਲਦੇ ਆ ਇੱਧਰ ਤੁਰ ਕੇ ਰੋਸ਼ਨੀ ਵੱਲ ਚੱਲਦੇ ਆ ਤੇ ਆਪਾਂ ਦੇਖਦੇ ਆ ਤੂੰ ਹੋਰ ਲੋਕਾਂ ਨੂੰ ਜਾਂਦੇ ਜਾਂਦੇ ਨੂੰ ਪੁੱਛਣਾ ਕੋਸ਼ਿਸ਼ ਕਰੀ ਸੋਹਣੀ ਸੋਹਣੀ ਕੁੜੀਆਂ ਨੂੰ ਪੁੱਛੀ ਨੇ ਅੱਛਾ ਤੇ ਨਾਜ਼ਰੀਨ ਜਾਣ ਜਾਣ ਕੇ ਮੈਨੂੰ ਟਰਾ ਰਹੀ ਆ ਤੇ ਹੁਣ ਮੈਂ ਇਹਦੀਆਂ ਗੱਲਾਂ 'ਚ ਨਹੀਂ ਆਉਣਾ ਹੈ ਕਿ ਜਿਹਨੇ ਨਹੀਂ ਵੀ ਦੇਖਿਆ ਉਹ ਵੀ ਦੇਖੇ ਅੱਜ ਕਿ ਆ ਆਈ ਆ ਇਹਨੂੰ ਫੜਨ ਆ ਕੇ ਯਾਰ ਜਿੰਨੀਆਂ ਕੁ ਪਿੱਛੇ ਆਵਾਜ਼ਾਂ ਪੈ ਰਹੀਆਂ ਨਾ ਫੇਰ ਆਵਾਜ਼ ਆ ਨਹੀਂ ਫੜੀ ਗਈ ਇਹਨਾਂ ਦਾ ਨਾਮ ਇਨਕਾ ਨਾਮ ਹੈ ਕੋਈ ਮੇਰੀ ਗੱਲ ਯਾਦ ਹੋਵੇ ਉਹ ਕਿਹੜੀ ਸ਼ੈ ਹੈ ਉਹ ਲੈ ਸਮਝ ਲੈ ਜਾਣਦੀ ਆ ਕਿਹੜੀ ਸ਼ੈ ਹੈ ਇਨਕੋ ਨਹੀਂ ਮੈਂ ਦੇਖਾ ਆਪਕੋ ਦੇਖਤੀ ਹੂੰ ਕੋਈ ਗੱਲ ਨਹੀਂ ਮੈਂ ਇੱਧਰ ਹੋ ਜਾਂਦੀ ਹਾਂ ਮੈਨੂੰ ਝੂਠ ਬੋਲ
ਪਾਪਾ ਅੱਗੇ ਆ ਨਾ ਸਰਟੀਫਿਕੇਟ ਵੀ ਹੈਗਾ ਸਹੀ ਹੋ ਗਿਆ ਮੈਨੂੰ ਇਹ ਦੱਸੋ ਇਹਨਾਂ ਦਾ ਨਾਮ ਕਿੰਦਾ ਅਸਲੀ ਅੱਲਾ ਮਾਫ ਕਰੇ ਨਹੀਂ ਨਹੀਂ ਬੇਗਮ ਨਹੀਂ ਨਹੀਂ ਐ ਜੈਨਾ ਸਾਰੇ ਰਿਸ਼ਤੇ ਬਦਲੇ ਉਲਟੋ ਆਪ ਕਰ ਰਹੇ ਹੈਗੇ ਇਧਰ ਐਸੇ ਸਭ ਤੋਂ ਸਸਤੀ ਚਿਪਸਿਸ ਹੈ ਸਭ ਤੋਂ ਸਸਤੀ ਇੱਥੇ ਨਹੀਂ ਸਾਨੂੰ ਜਿਹੜਾ ਸਸਤੀ ਚੀਜ਼ ਲੱਗੀ ਨਾ ਇੱਥੇ ਉਹ ਐਵੇਂ ਕਿਸੇ ਇੰਟਰਵਿਊ ਦੇ ਰਹੇ ਅੰਕਲ ਕਿੰਨੇ ਮਾਸ਼ਾਅੱਲਾ ਸੋਹਣੇ ਅਸਾਂ ਵਾਲੇਕੁਮ ਸਲਾਮ ਕੀ ਹਾਲ ਚਾਲ ਅੱਗੇ ਨਾਲ ਫਰਕ ਹੈ ਜੀ ਹਾਲਾਤ ਮਾੜੇ ਚੱਲ ਰਹੇ ਮਹਿੰਗਾਈ ਜੀ ਮਹਿੰਗਾਈ ਇੱਕ ਮਿੰਟ ਰਿਕਾਰਡਿੰਗ ਮੈਨੂੰ ਮਹਿੰਗਾਈ ਬਹੁਤ ਹੈ ਜੀ ਇੱਥੇ ਬੜੀ ਮਹਿੰਗਾਈ ਹੈ ਜਿਹੜੀ ਸ਼ਾਇਬ ਆਲੂ ਆਲੂ ਦੀ ਚਿਪਸ ਜਿਹੜੀ 100 ਰੁਪਏ ਦੇਣ ਡੈਣੇ ਦੋ ਬੱਚੇ ਨਹੀਂ ਖਾਂਦੇ 100 ਮੁੱਕ ਜਾਂਦਾ ਆ ਵੀ ਹੈ ਚਲੋ ਕੋਈ ਨਹੀਂ ਅੱਲਾ ਗੁਜ਼ਾਰਾ ਕਰਾ ਹੀ ਰਿਹਾ ਨਾ ਜੀ ਹਾਂਜੀ ਹਾਂਜੀ ਬਿਲਕੁਲ ਹੀ ਬੜਾ ਮੈਨੂੰ ਇਹ ਦੱਸੋ ਇਹਨਾਂ ਨੂੰ ਜਾਣਦੇ ਹਾਂਜੀ ਇਹਨਾਂ ਨੂੰ ਕੌਣ ਨਹੀਂ ਜਾਣਦਾ ਜੀ ਇਹ ਮਾਸ਼ਾਅੱਲਾ ਏਡੀ ਬੇਬਾਕ ਨੇ ਜਾਂ ਹਿਸਾਬ ਹੀ ਕੋਈ ਨਹੀਂ ਉਹ ਲੜਕੀ ਆ ਬੇਟੀ ਹੋ ਹਮਾਰੀ ਲੇਕਿਨ ਆਪ ਕਾ ਤਜਰਬਾ ਇਤਨਾ ਜ਼ਬਰਦਸਤ ਹੈ ਔਰ ਆਪ ਇਤਨੀ ਅੱਛਾ ਬੋਲਤੇ ਹੋ ਕਿ ਵੱਡੇ ਵੱਡਿਆਂ ਦੀ ਬੱਤੀ ਚਲੀ ਜਾਂਦੀ ਹੈ ਜਦੋਂ ਤੁਸੀਂ ਕਿਸੇ ਨਾਲ ਗੱਲ ਕਰਦੇ ਹੋ ਬਾਤ ਕਰਦੇ ਹੋ ਇੰਨਾ ਕੌਨਫੀਡੈਂਸ ਹੈ ਕਿ ਯਕੀਨ ਕਰ ਬੰਦਿਆਂ 'ਚ ਨਹੀਂ ਹੁੰਦਾ ਜਿੰਨਾ ਮੇਰੀ ਇਸ ਟੀਚ ਹੈਗੀ ਹੈ ਯਕੀਨ ਕਰ ਲਓ ਔਰ ਤੁਸੀਂ ਜਦੋਂ ਗੱਲਾਂ ਕਰਦੇ ਹੋ ਜਿਹੜਾ ਜਿਹੜਾ ਬੰਦਾ ਗੱਲ ਕਰਦਾ ਗੱਲ ਦਾ ਜਵਾਬ ਹੀ ਨਹੀਂ ਆਉਂਦਾ ਆ ਬਾਬਾ ਜੀ ਸਿਰਫ ਤੁਹਾਨੂੰ ਵੇਖਣ ਪੁੱਤਰ ਆਏ ਨੇ ਹੋਰ ਕੁਝ ਕਰਨ ਨਹੀਂ ਆਇਆ ਮੇਰਾ ਪੁੱਤਰ ਬਣ ਸ਼ੁਕਰੀਆ ਸਰ ਬਹੁਤ ਸ਼ੁਕਰੀਆ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਕੀ ਕਰਨ ਆਏ ਤੁਸੀਂ ਇੱਥੇ ਉਰਦੂ ਮੈਂ ਬੋਲੂ ਮੁਝੇ ਪੰਜਾਬੀ ਥੋੜੀ ਸਹੀ ਨਹੀਂ ਆ ਰਹੀ ਸਮਝ ਆਉਂਦੀ ਆ ਹਾਂ ਉਰਦੂ ਆ ਕੇ ਸਮਝ ਕੇ ਉਰਦੂ 'ਚ ਜਵਾਬ ਦੇ ਦਿਓ ਹਾਂ ਮੈਂ ਇਧਰ ਹੀ ਕਾਰੋਬਾਰ ਕਰ ਰਹਾ ਹਾਂ ਆ ਪਾਰਕ ਦੇ ਵਿੱਚ ਕਾਰੋਬਾਰ ਨਹੀਂ ਪਾਰਕ ਮੈਂ ਆਇਆ ਹੂੰ ਇਧਰ ਮਾਸ਼ਾਅੱਲਾ ਅੱਛਾ ਫੈਸਟੀਵਲ ਬਣਾ ਹੈ ਇਹ ਰੇਸ ਕੋਰਸ ਪਾਰਕ ਮੈਂ ਲੋਕ ਰਿਫਰੈਸ਼ਮੈਂਟ ਹੋ ਰਹੇ ਰਿਫਰੈਸ਼ ਹੋ ਰਹੇ ਬਹੁਤ ਅੱਛਾ ਹੋ ਔਰ ਮਤਲਬ ਮਾਸ਼ਰੇ ਕੇ ਲਈ ਬਹੁਤ ਅੱਛਾ ਹੋ ਰਹਾ ਹੈ ਇਸਕਾ ਕ੍ਰੈਡਿਟ ਮੈਂ ਤੁਸੀਂ ਕਿੱਥੋਂ ਆਏ ਆ ਮੈਂ ਮਤਲਬ ਉਰਦੂ ਮੈਂ ਬੋਲ ਆਪਕੋ ਤੋ ਉਰਦੂ ਆ ਰਹੀ ਆਪ ਕਿੱਥੋਂ ਆਏ ਹੈ ਮੈਂ ਬੇਟੇ ਸੇ ਆਇਆ ਹੂੰ ਕਿਆ ਹੁਣ ਇਹ ਪੰਜਾਬੀ ਬੋਲੀ ਸਮਝ ਗਏ ਅੱਛਾ ਚਲੋ ਮੇਰੇ ਸਵਾਲ ਦਾ ਜਵਾਬ ਦੇਣਾ ਤੁਸੀਂ ਦੱਸਣਾ ਉਹ ਕੀੜਾ ਜਾਨਵਰ ਜਿਹੜਾ ਮਿੱਠਾ ਨਹੀਂ ਖਾਂਦਾ ਉਹ ਕੌਣ ਸਾ ਜਾਨਵਰ ਹੈ ਜੋ ਮਿੱਠਾ ਨਹੀਂ ਖਾਤਾ ਹਾਂਜੀ ਅੱਛਾ ਵੇ ਤੂੰ ਪੰਜਾਬੀ ਥੋੜਾ ਸਮਝ ਆ ਰਿਹਾ ਲੇਕਿਨ ਉਹ ਜਾਨਵਰ ਮੈਨੂੰ ਮਾਲੂਮ ਨਹੀਂ ਹੈ ਕੌਣ ਸਾ ਜਾਨਵਰ ਹੈ ਤੁਸੀਂ ਕੋਸ਼ਿਸ਼ ਕਰੋ ਪੰਜਾਬੀ ਬੋਲਣ ਦੀ ਪੰਜਾਬੀ ਮੈਂ ਕੋਸ਼ਿਸ਼ ਤੁਹਾਨੂੰ ਆ ਰਿਹਾ ਸਮਝ ਨਹੀਂ ਆ ਰਿਹਾ ਪੰਜਾਬੀ ਵੈਸੇ ਸਮਝ ਆ ਰਿਹਾ ਲੇਕਿਨ ਬੋਲ ਨਹੀਂ ਸਕਦਾ ਅੱਛਾ ਸਮਝ ਆ ਰਿਹਾ ਬੋਲ ਨਹੀਂ ਸਕਦੇ ਕੋਸ਼ਿਸ਼ ਤੇ ਕਰਨੀ ਚਾਹੀਦੀ ਹੈ ਨਾ ਕੋਸ਼ਿਸ਼ ਤਾਂ ਕਰਨੀ ਚਾਹੀਏ ਚਲੇ ਇੱਕ ਹੋਰ ਸਵਾਲ ਤੁਸੀਂ ਦੱਸਣਾ ਵਾ ਕਿ ਉਹ ਕਿਹੜੀ ਸ਼ੈ ਵਾ ਜਿਹਨੂੰ ਆਪਾਂ ਖਾਂਦੇ ਵੀ ਆ ਚਲਾਉਂਦੇ ਵੀ ਆ ਇਹ ਸਮਝ ਨਹੀਂ ਆ ਕਿਹੜੀ ਚੀਜ਼ ਆ ਜਿਹੜੀ ਆਪਾਂ ਖਾਂਦੇ ਵੀ ਆ ਤੇ ਚਲਾਉਂਦੇ ਵੀ ਆ ਉਰਦੂ ਕੌਮੀ ਜ਼ਬਾਨ ਹੈ ਉਰਦੂ ਮੈਂ ਸਵਾਲ ਕਰਨਾ ਹੈ ਪੰਜਾਬੀ ਨੂੰ ਭੁੱਲ ਜਾਈਏ ਪੰਜਾਬ 'ਚ ਰਹਿੰਦੇ ਆ ਪੰਜਾਬ ਤਾਂ ਹਮਾਰਾ ਸ਼ਹਿਰ ਹੈ ਲਾਹੌਰ ਹਮਾਰਾ ਸ਼ਹਿਰ ਹੈ ਮਾਸ਼ਾਅੱਲਾ ਹਮ ਪਾਕਿਸਤਾਨੀ ਹੈ ਲੇਕਿਨ ਉਰਦੂ ਕੌਮੀ ਜ਼ਬਾਨ ਹੈ ਸਭ ਕੋ ਦੇਖੋ ਉਰਦੂ ਕੌਮੀ ਜ਼ਬਾਨ ਮੈਂ ਮੰਨਦੀ ਆ 500 ਐਂਕਰਾਂ ਉਰਦੂ 'ਚ ਪ੍ਰੋਗਰਾਮ ਕਰ ਰਹੀਆਂ ਵਾ ਪੰਜਾਬ ਦੇ ਵਿੱਚ ਰਹਿ ਕੇ ਅਸੀਂ ਪੰਜਾਬੀ ਨਹੀਂ ਬੋਲਦੇ ਇਸ ਵਾਸਤੇ ਮੈਂ ਤੇ ਆਪਣਾ ਫਰਜ਼ ਨਿਭਾ ਰਹੀ ਹਾਂ ਤੁਹਾਨੂੰ ਸਮਝਣਾ ਚਾਹੀਦਾ ਵਾ ਹਾਂ ਤੂੰ ਕੋਸ਼ਿਸ਼ ਕਰ ਰਹੇ ਇਨਸ਼ਾਅੱਲਾ ਕੋਸ਼ਿਸ਼ ਕਰ ਰਹੇ ਸਮਝਣੇ ਦੀ ਕੋਸ਼ਿਸ਼ ਕਰ ਰਹੇ ਉਹ ਕਹਤੇ ਕਿ ਮਤਲਬ ਹਰ ਜ਼ਬਾਨ ਸਿੱਖਣਾ ਚਾਹੀਏ ਆਪਣਾ ਜ਼ਬਾਨ ਬੋਲਣਾ ਨਹੀਂ ਚਾਹੀਏ ਖਾਨ ਸਾਹਿਬ ਤੁਹਾਡਾ ਕਸੂਰ ਨਹੀਂ ਹੈ ਜਿਸ ਤਰ੍ਹਾਂ ਇਮਰਾਨ ਖਾਨ ਸਾਹਿਬ ਦਾ ਕਸੂਰ ਨਹੀਂ ਨਾ ਹੈ ਜੇ ਤੁਹਾਡਾ ਵੀ ਨਹੀਂ ਹੈ ਖਾਨ ਨੇ ਕੀ ਕੀਆ ਇਹ ਮੇਲਾ ਕਿਸ ਨੇ ਬਣਾਇਆ ਇਮਰਾਨ ਹਾਂ ਕੁਝ ਨਹੀਂ ਕੀਤਾ ਕੀ ਕੀਆ ਬਤਾਓ
कुछ भी नहीं, बस पेट्रोल महंगा किया वा, गरीबा नु मारिया वा, हर शाय महंगी हो गई, कुछ नहीं किया। तो आलमी मंडी में पेट्रोल का क्या कीमत चल रहा है आपको मालूम है? पूरे एशिया में पाकिस्तान में पेट्रोल कीमतें कम है। मैं क्या खान साहब थोड़ा कसूर है ही नहीं है। हां तो नहीं आलमी वबा है। आज तो गाना आंदा कोई? हां क्या गाना आंदा? गाना में सियासी आदमी वो गाना नहीं आता है। शेर व शायरी? हां शेर व शायरी आता है। शेर सुना दे। वो खान साहब के लिए, ना मैं गिरा ना मेरे उम्मीदों के मीनार गिरे, पर कुछ लोग मुझे गिराने में कई बार गिरे, इस बार भी गिरेगा। कौन है? पीडीएम। अच्छा चलो शुक्रिया, वधिया हो गया। की करन आए तुसी इत्थे? हम एंजॉय करने आए। पंजाबी च जिन्नी आती कोशिश करनी, समझ आती है लेकिन बोलनी नहीं आती। कोशिश करने से कोई हर्ज नहीं, देखो मैनू भी अंग्रेजी नहीं आती, मैं बोल लेंदी हुंदी कदी कदी टुटी पुंजी, तुसी भी उंजी बोलना ठीक है। तुसी की करदे हो? मैं पढ़ती हूं। अच्छा मम्मा पापा ने तंग कर दियो? नहीं। खांदे की हो? सब्जियां। सब्जियां नहीं खांदे? जिन्नी से ता कोई हाथी उठी खादा वा? नहीं नहीं। सही दसो की खांदे? कभी कभार बाहर का। अच्छा दिन च तुसी कितनी बारी खाना खांदे हो? कोई 10 बारी खांदे हो? नहीं। अच्छा खान च थानू कीदी शय पसंद आ? सब्जियों में आलू और बाहर की चीजों में बर्गर। एक टाइम ची कोई तुसी एक मन आलू खा जाने है? नहीं। फिर सेहत कैसे बनाइया? पता नहीं। मेनू भी दसो, मैं भी सेहत बनाना चाहनी हां। बस हफ्ते में एक दफा बाहर का और बाकी घर का। हफ्ते विच एक दिन बाहर दा खांदे कोई 10 बारी? नहीं। अच्छा वैसे तंग कर रही सी बच्चियां नु, तंग करन च मेनू मजा आंदा वा। तुसी पढ़दे हो? हाँ जी। कोई पोईम आंदी तुहानू? हाँ जी। चलो सुनाओ। कौन सी वाली? जड़ी तुहानू आंदी है। ट्विंकल ट्विंकल सुना दो। ट्विंकल ट्विंकल लिटिल स्टार, हाउ आई वंडर व्हाट यू आर, अप अबव द वर्ल्ड सो हाई, हाई इन द स्काई। चलो जी शुक्रिया, वधिया हो गया। जी नाज़रीन, आज मैं रेस कोर्स ऐसी प्रोग्राम करन तो देखा, आज जी साडे नाल लैला जी टीम मौजूद सी, ते लोकां नाल सवाल जवाब कीते, ते सवाल की सी जवाब की नूं मैं दस के जावांगी। मेरा एक सवाल है कि ओ कीड़ा जानवर है जिहड़ा मिठा नहीं खांदा, और जवाब है बिल्ली। ते नाज़रीन मेरे तुसे सवाल है कि कीड़ी शै वा जिहड़ी आपां खाईदी वी आ ते उहनूं चला भी सकदे आ, ओह हुंदा अनार। नाज़रीन मेरा तीसरा सवाल है कि कीड़ी शै वा जिहड़ी मिठा पई मिठा नहीं हुंदा, ते ओह आ शुगर। जल्दी मुलाकात होगी थोड़े नाल नवी जगह से, नवे प्रोग्राम, नवे मेकअप नाल, नवी बीरा नाल, नवी जुत्ता नाल, नवी गल्ला नाल। अल्लाह हाफिज़।